ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਜਗਤ ਦੇ ਭਲੇ ਕਰਨ ਲਈ ਜਿੱਥੇ ਅਨੇਕਾਂ ਪਰਉਪਕਾਰ ਕਰਮ ਕੀਤੇ, ਬਖਸ਼ਾਂ ਕੀਤੀਆਂ, ਉੱਥੇ ਪੰਜ ਚੀਜ਼ਾਂ ਇਹੋ ਜਿਹੀਆਂ ਸਾਡੇ ਭਲੇ ਲਈ ਤਿਆਰ ਕਰ ਦਿੱਤੀਆਂ ਜਿਨ੍ਹਾਂ ਤੋਂ ਹਮੇਸ਼ਾ ਜਗਤ ਦਾ ਭਲਾ ਹੀ ਹੁੰਦਾ ਰਹੇਗਾ। ਉਹ ਸੀ ਸਤਿਗੁਰਾਂ ਨੇ ਹਰੀ ਮੰਦਰ ਬਣਾਇਆ। ਹਰੀ ਦਾ ਅਰਥ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਹਰੀ ਸ਼ਬਦ ਰੱਬ ਨਾਲ ਬਹੁਤ ਵਾਰੀ ਆਉਂਦਾ ਹੈ। ਹਰੀ ਦਾ ਮਤਲਬ ਜੋ ਸਦਾ ਕੀ ਹਰਿਆ ਹੈ, ਜਿਹੜਾ ਉਹਦੇ ਨਾਲ ਜੁੜਦਾ ਹੈ ਉਹਦੀ ਸੁੱਕੀ ਸੜੀ ਜ਼ਿੰਦਗੀ ਹਰੀ ਭਰੀ ਹੋ ਜਾਂਦੀ ਹੈ। ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ ਮਹਾਰਾਜ, ਬਹੁਤ ਵਾਰੀ ਹਰ ਸ਼ਬਦ ਵਰਤਣਗੇ, ਹਰ ਜੀਉ ਸਭ ਕੋ ਤੇਰੇ ਵਸ, ਅਨੇਕਾਂ ਵਾਰ ਹਰ ਗੁਣ ਕਾਹੇ ਨਾ ਗਾਵੇ ਮੂਰਖ ਅਗਿਆਨਾ। ਤੋ ਇੱਥੇ ਸਤਿਗੁਰੂ ਜੀ ਨੇ ਹਰ ਚੀਜ਼ ਪੰਜਾਂ ਚੀਜ਼ਾਂ ਨਾਲ ਹਰੀ ਜੋੜ ਦਿੱਤਾ। ਹਰੀ ਦਾ ਮੰਦਰ, ਹਰ ਕੀ ਪੌੜੀ, ਹਰ ਸਰ, ਸਰ ਦਾ ਮਤਲਬ ਸਰੋਵਰ, ਹਰਿਮੰਦਰ ਸਰੋਵਰ, ਫਿਰ ਹਰ ਕੀ ਬਾਣੀ ਦਾ ਪ੍ਰਕਾਸ਼ ਕੀਤਾ ਅਤੇ ਹਰੀ ਕੀਰਤਨ ਦੀ ਪ੍ਰਾਰੰਭਤਾ ਕਰਵਾਈ। ਪੰਜ ਚੀਜ਼ਾਂ ਦਾ ਸੁਮੇਲ ਹੈ ਹਰ ਸਰ, ਹਰ ਕੀ ਬਾਣੀ, ਹਰੀ ਦਾ ਕੀਰਤਨ, ਹਰੀ ਦਾ ਮੰਦਰ ਅਤੇ ਹਰੀ ਕੀ ਪੌੜੀ। ਜਿਹੜਾ ਵੀ ਸ਼ਰਧਾ ਭਾਵ ਨਾਲ ਇਸ ਅਸਥਾਨ 'ਤੇ ਜਾ ਹਰ ਸਰ ਦਾ ਇਸ਼ਨਾਨ ਕਰਦਾ, ਹਰ ਕੀ ਬਾਣੀ ਸੁਣਦਾ, ਹਰੀ ਕੀਰਤਨ ਰਾਹੀਂ ਲਿਵ ਜੋੜਦਾ ਹੈ, ਉਹ ਹਰ ਕੀ ਪੌੜੀ ਤੋਂ ਚੂੜਾ ਲੈਂਦਾ। ਉਹ ਕੇਵਲ ਬਾਹਰਲੇ ਹਰਿਮੰਦਰ ਸਾਹਿਬ 'ਚ ਸਰੀਰ ਕਰਕੇ ਨਹੀਂ, ਸਤਿਗੁਰੂ ਦੀ ਸੁਰਤੀ ਨੂੰ ਸਦਾ ਲਈ ਆਪਣੇ ਹਰੀ ਦੇ ਮੰਦਰ ਵਿੱਚ ਬਿਠਾ ਲਿਆ ਕਰਦੇ ਹਨ।